ਪਿਛਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਆ ਅਤੇ ਉਹਨਾਂ ਨੇ ਜਾ ਕੇ ਪਹਿਲੇ ਇੱਕ ਮੋਟਰਸਾਈਕਲ ਹੋਇਆ ਬੁਲਟ ਮੋਟਰਸਾਈਕਲ 'ਤੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਢਾਈ ਪੌਣੇ ਤਿੰਨ ਮਿੰਟ ਦੇ ਵਿੱਚ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ 29 ਤਰੀਕ ਨੂੰ ਬੈਂਕ ਡਕੈਤੀ ਹੋਈ ਸੀ SBI ਬੈਂਕ 'ਚ ਤਕਰੀਬਨ 2:45 ਦੁਪਹਿਰੀ 29/2 ਨੂੰ ਉਹਦੇ ਸਿਲਸਿਲੇ 'ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਤਾਂ ਇਹਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਇਸ 'ਚ ਵੱਡੀ ਸਫਲਤਾ CIA ਦੀ ਟੀਮ ਨੂੰ ਮਿਲੀ ਜਿਹਦੇ 'ਚ ਦੋਸ਼ੀ ਜਿਹੜੇ ਆ ਇੱਕ ਅਣ ਪਛਾਤਾ ਰਹਿ ਗਿਆ ਬਾਕੀ ਦੋਸ਼ੀ ਜਿਹੜੇ ਆ ਨਾਮਜ਼ਦ ਹੋ ਗਏ ਆ ਉਹਦੇ 'ਚੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਂ ਗੁਰਵਿੰਦਰ ਸਿੰਘ ਇਹ ਨਸ਼ਹਿਰੇ ਪਨੂਆ ਦਾ ਰਹਿਣ ਵਾਲਾ ਇਹ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਉਣ ਤੋਂ ਬਾਅਦ ਨਸ਼ੇ ਦੀ ਲੱਤ ਹੈਗੀ ਹੈ ਇਹਨੂੰ ਇਹਦਾ ਇੱਕ ਸ਼ਹਿਜ਼ਾਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰਨ ਤਾਰਨ ਦਾ ਹੈਗਾ ਉਹਦੇ ਨਾਲ ਤਲਕਾਤ ਹੋਇਆ ਉਹਨਾਂ ਨੇ ਜਿਹੜੀ ਆ ਉਦੋਂ ਪਲੈਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਆ ਅਤੇ ਉਹਨਾਂ ਨੇ ਜਾ ਕੇ ਪਹਿਲੇ ਇੱਕ ਮੋਟਰਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਬੱਸ ਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਨੂੰ ਝਵਾਲ ਵਾਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੁੱਟਤਾ ਬੁਲਟ ਮੋਟਰਸਾਈਕਲ 'ਤੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਦੇ ਅੰਦਰ ਵੜਦੇ ਔਰ 2:45 ਮਿੰਟ ਦੇ ਵਿੱਚ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਿਹੜਾ ਮੰਨਾ ਵਾਲਾ ਟੋਲ ਪਲਾਜ਼ਾ ਆਉਂਦਾ ਉੱਥੋਂ ਪਹਿਲੇ ਹੀ ਇਹ ਡਿਵਰਸ ਹੁੰਦੇ ਆ ਔਰ ਗੱਡੀ 'ਚ ਬਹਿ ਕੇ ਸਾਰੇ ਜਣੇ ਇਹ ਵਾਪਸ ਆਪਣੇ ਉੱਥੋਂ ਭੱਜ ਜਾਂਦੇ ਮੌਕੇ ਤੋਂ ਔਰ ਪੈਸੇ ਸਾਰਿਆਂ ਕੋਲ ਬਰਾਮਦ ਹੋਏ ਪੈਸੇ ਇਹਦੇ ਕੋਲੋਂ ਜੀ 90,000 ਰੁਪਇਆ ਅਤੇ ਜਿਹੜੀ ਉਹਦੀ ਗੰਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਉਹ ਰਿਕਵਰ ਹੋ ਗਈ ਫਿਰ ਜਿਹੜੇ ਵੈਪਨ ਸੀ ਇਹਨਾਂ ਨੇ ਵਰਤੇ ਯੂਜ਼ ਕੀਤੇ ਸੀ ਜਾਂ ਵੈਪਨ ਉਹ ਜਿਹੜੇ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਹਿਜਾਦ ਨੂੰ ਪਤਾ ਕੌਣ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਹਿਜਾਦ ਆ ਦੇਗਾ ਉਹਦੇ ਤੋਂ ਉਹ ਵੈਪਨ ਅਤੇ ਬਾਕੀ ਪੈਸੇ ਉਹਨਾਂ ਕੋਲ ਹੈ ਇਹਨੂੰ ਸਿਰਫ 90,000 ਰੁਪਇਆ ਦਿੱਤਾ ਸੀ ਅਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗੰਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰਿਆਂ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਹੈ ਉਹ ਸ਼ਹਿਜਾਦ ਤੋਂ ਤਾਂ ਇੱਕ ਦੋ ਤਿੰਨ ਦੋਸ਼ੀ ਹਜੇ ਰਹਿੰਦੇ ਆ ਦੋ ਇਹ ਅਤੇ ਇੱਕ ਬੰਦਾ ਵਿੱਚ ਕੈਂਡੂਟ ਸੀ ਜਿਹੜਾ ਸਾਰੀ ਕੌਨਸਪੀਰੇਸੀ 'ਚ ਸੀਗਾ ਉਹ ਹਜੇ ਰਹਿੰਦਾ ਜਿਹੜੀ ਬੈਂਕ ਦੇ ਵਿੱਚ ਜਾਂ ਐਂਟਰ ਕਹਿੰਦੇ ਕੀਤਾ ਸ਼ਹਿਜਾਦ ਕੀਤਾ ਸੀ ਜਾਂ ਕੋਈ ਹੋਰ ਸੀ ਨਹੀਂ ਇਹ ਉਹ ਸ਼ਹਿਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਦੇ ਸਟੀਅਰਿੰਗ ਵੀਲ ਦੇ ਉੱਤੇ ਸੀਗਾ ਬਾਅਦ 'ਚ ਗੱਡੀ ਵੀ ਇਹ ਕਹਿੰਦਾ ਸ਼ਹਿਜਾਦ ਨੇ ਚਲਾਈ ਹੈ ਇਹ ਪਰ ਗੱਡੀ ਲੈ ਕੇ ਉੱਥੇ ਖੜ੍ਹਾ ਸੀਗਾ ਵੇਟ ਕਰ ਰਿਹਾ ਸੀ ਸ਼ਹਿਜਾਦ ਅਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਣਪਛਾਤਾ ਹੈਗਾ ਉਹ ਐਂਟਰ ਕੀਤੇ ਸੀਗੇ ਸਰ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ SBI ਚਬਾਲ ਲਈ ਟਾਰਗੇਟ ਬਣਾਉਣਾ ਨਹੀਂ ਇੱਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ 'ਤੇ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੁੰਕ ਔਰ ਇਹ ਹੁਣ ਜਦੋਂ ਸ਼ਹਿਜਾਦ ਆ ਜਾਏਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜਿਸ਼ ਪੂਰਾ ਸਰ ਕਿੰਨੇ ਟੋਟਲ ਬੰਦੇ ਨਾਜ਼ਮਦ ਕੀਤੇ ਗਏ ਇਹ 'ਚ ਹੈ ਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਇਹ 'ਚ ਟੋਟਲ 4 ਹੈ ਜੀ 4 ਹੈ ਇੱਕ ਅਨਆਡੈਂਟੀਫਾਈਡ ਹੈ ਇੱਕ ਮੁੰਡਾ ਨਸ਼ਹਿਰੇ ਦਾ ਹੀ ਹੈਗਾ ਉਹ ਸੂਰਜ ਹੈਗਾ
ਉਹਦੇ ਵੀ ਛੇਤੀ ਨੇੜੇ ਪਹੁੰਚੇ ਜੀ ਅੱਜ ਕੱਲ੍ਹ 'ਚੋਂ ਵੀ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਲਿਆਉਣ 'ਚ। ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਇਹਦੀ ਗੁਰਵਿੰਦਰ ਦੀ ਉਹ ਸ਼ਹਿਜਾਦ ਦੇ ਨਾਲ। ਸਾਨੂੰ ਰਸਤੇ ਨੂੰ ਮਿਲਿਆ ਫ੍ਰੀ, ਕੋਈ ਪੈਸਾ ਨਹੀਂ, ਕੋਈ ਧੇਲਾ ਨਹੀਂ। ਹੁਣ ਫਿਰ ਪ੍ਰੋਗਰਾਮ ਬੜਾ ਵਧੀਆ ਚੱਲਦਾ ਜੀ। ਅਤੇ ਜਿਵੇਂ ਥੋੜ੍ਹੀ ਆਟਾ ਲੈ ਲਓ, ਆਟਾ ਲਿਓ, ਕਣਕ ਲੈਣੀ ਕਣਕ ਲੈ ਲਓ, ਸਾਨੂੰ ਜਿਹੜੇ ਮਿਲ ਲਈਏ ਜੀ ਮੌਕੇ ਪਰ। ਘਰ ਸਾਨੂੰ ਆਟਾ ਮਿਲਦਾ, ਘਰ ਬੈਠੇ ਨੇ ਸਾਨੂੰ, ਸਾਡਾ ਪੈਸਾ ਵੀ ਬੱਚਤ ਹੁੰਦਾ, ਸਾਨੂੰ ਕੋਈ ਫਿਕਰ ਨਹੀਂ, ਟੈਨਸ਼ਨ ਵਾਲੀ ਕੋਈ ਗੱਲ ਨਹੀਂ ਸਾਨੂੰ। ਡੋਰ ਸਟੈਪ ਡਿਲੀਵਰੀ ਆਫ ਰਾਸ਼ਨ, ਯਾਨੀ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ, ਤੁਹਾਨੂੰ ਰਾਸ਼ਨ ਬਿਲਕੁਲ ਸਾਫ਼ ਸੁਥਰਾ, ਸਾਫ਼ ਸੁਥਰੀਆਂ ਬੋਰੀਆਂ 'ਚ, ਔਰ ਕੋਈ ਉਹਦੇ ਵਿੱਚੋਂ ਕਣਕ 'ਚੋਂ ਰੋੜ ਜਾਂ ਮੂੰਗੀ 'ਚੋਂ ਜਾਂ ਕਿਸੇ ਹੋਰ ਰਾਸ਼ਨ ਦੀ ਜੋ ਵੀ ਵਸਤੂ ਹੈ ਉਹਦੇ 'ਚੋਂ ਕੋਈ ਸੁਸਰੀਆਂ ਜਾਂ ਰੋੜ ਚੁਗਣ ਦੀ ਲੋੜ ਨਹੀਂ ਪੈਣੀ। ਪੰਜਾਬ ਸਰਕਾਰ ਦਾ ਇੱਕੋ ਵਾਅਦਾ, ਗੱਲਾਂ ਘੱਟ ਅਤੇ ਸੇਵਾਵਾਂ ਜ਼ਿਆਦਾ।